ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਕਰਦੇ ਹਾਂ ਜੀ ਭਿੰਡਰ ਡੇਅਰੀ ਫਾਰਮ ਵਿੱਚ। ਆਪਾਂ ਪਹੁੰਚ ਚੁੱਕੇ ਹਾਂ ਪਿੰਡ ਤੁਗਲਵਾਲ, ਜ਼ਿਲ੍ਹਾ ਤਰਨ ਤਾਰਨ, ਤਹਿਸੀਲ ਵੀ ਤਰਨ ਤਾਰਨ। ਇਸ ਘਰ 'ਚੋਂ ਪਹਿਲੀ ਵੀਡੀਓ ਬਣ ਜਾ ਰਹੀ ਹੈ ਆਪਣੀ। ਵੀਰ ਜੀ ਹੁਣੀ ਵਪਾਰ ਦਾ ਕੰਮ ਕਰਦੇ ਆ, 3 ਵੈੜਾਂ ਸੇਲ ਕਰਨੀਆਂ ਜੀ, 1 ਤਾਜ਼ੀ ਸੂਈ ਆ ਜੀ, 2 ਤੋਕੜਾਂ ਅਤੇ ਸੋਹਣਾ ਦੁੱਧ ਵੀਰ ਦੱਸਦਾ। ਬਾਕੀ ਗੱਲਬਾਤ ਡਿਟੇਲ ਵੀਰ ਕੋ ਲਵਾਂਗੇ। ਵੀਡੀਓ ਨੂੰ ਸ਼ੇਅਰ ਕਰ ਦਿਓ। ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ, ਹਰ ਵਾਰ ਦੀ ਤਰ੍ਹਾਂ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ, ਸਵੇ ਸਵਾਏ ਪਸ਼ੂ ਨੂੰ 2 ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ। ਜਿਹੜਾ ਗੱਭਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ, ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ। ਆਪਾਂ ਵੀਰ ਨਾਲ ਗੱਲਬਾਤ ਕਰਾਉਂਦੇ ਹਾਂ, ਇਹਨਾਂ ਵੈੜਾਂ ਦੀ ਟੇਲ ਲੈਂਦੇ ਹਾਂ ਜੀ। ਹਾਂਜੀ, ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਆ ਜੀ? ਵਧੀਆ ਠੀਕ ਠਾਕ, ਤੁਸੀਂ ਸੁਣਾਓ ਜੀ? ਵਧੀਆ ਚੜ੍ਹਦੀ ਕਲਾ ਜੀ। ਪਹਿਲੀ ਵੀਡੀਓ ਬਣ ਲੱਗੀ ਜੀ ਤੁਹਾਡੀ? ਹਾਂਜੀ ਹਾਂਜੀ ਠੀਕ ਹੈ। ਐਡਰੈਸ ਦੱਸ ਦਿਓ ਵੀਰ ਜੀ ਆਪਣਾ। ਪਿੰਡ ਦੁਗਲਾਲਾ, ਤਹਿਸੀਲ ਤੇ ਜ਼ਿਲ੍ਹਾ ਆਪਣੇ ਪਿੰਡ ਨੂੰ ਤਰਨ ਤਾਰਨ ਲੱਗਦੇ ਆ। ਠੀਕ ਹੈ ਜੀ। ਤਰਨ ਤਾਰਨ ਤੋਂ ਕੋਈ 6 ਕਿਲੋਮੀਟਰ ਆਪਣਾ ਪਿੰਡ ਪੈ ਜਾਂਦਾ ਸਾਈਡ ਤੇ। ਠੀਕ ਹੈ, ਤੇ ਖਡੂਰ ਸਾਹਿਬ ਕਿੰਨਾ ਪੈ ਜਾਂਦਾ ਆਪਾਂ ਨੂੰ? ਖਡੂਰ ਸਾਹਿਬ ਕੋਈ 15-16 ਕਿਲੋਮੀਟਰ ਹੋਊਗਾ। ਠੀਕ ਹੈ। ਇਹ ਮੇਨ ਹਾਈਵੇ ਜਿਹੜਾ ਬਠਿੰਡੇ ਵਾਲਾ ਵਾ, ਉਹਤੇ ਪਿੰਡ ਆ ਤੁਹਾਡਾ? ਹਾਂ, ਉਹਦੇ ਤੋਂ 3 ਕਿਲੋਮੀਟਰ ਸਾਈਡ ਤੇ ਰਹਿ ਜਾਂਦਾ ਹਾਈਵੇ ਤੋਂ, ਅੰਮ੍ਰਿਤਸਰ ਤੋਂ ਜਿਹੜਾ ਬਠਿੰਡੇ ਨੂੰ ਜਾਂਦਾ ਵਾ। ਹਾਂ, ਬਠਿੰਡੇ ਨੂੰ। ਹਾਂਜੀ ਹਾਂਜੀ ਹਾਂਜੀ, ਠੀਕ ਹੈ, ਉਹਦੇ ਲਾਗੇ ਹੀ ਪਿੰਡ। ਹਾਂਜੀ, ਗੋਇੰਦਵਾਲ ਰੋਡ ਵੀ ਵੈਸੇ ਲੱਗ ਜਾਂਦਾ ਤਰਨ ਤਾਰਨ ਤੋਂ ਗੋਇੰਦਵਾਲ, ਉਹ ਵੀ 2-2.5 ਕਿਲੋਮੀਟਰ ਸਾਈਡ ਨੂੰ ਰਹਿ ਜਾਂਦਾ। ਜੀ ਜੀ ਜੀ। ਬਾਕੀ ਨੰਬਰ ਤੇ ਕੋਈ ਨਹੀਂ, ਜਿਹੜੇ ਵੀਰ ਦੇ ਕੋਈ ਪਸੰਦ ਹੁੰਦੀ ਉਹ ਆਪਣਾ ਪ੍ਰੋਪਰ ਐਡਰੈਸ ਲੈ ਸਕਦਾ ਆਪਣੇ ਕੋਲ। ਹਾਂਜੀ, ਨਾਮ ਦੱਸ ਦਿਓ ਵੀਰ ਜੀ ਆਪਣਾ। ਨਾਮ ਸੋਨੂ ਹੈ ਜੀ। ਫੋਨ ਨੰਬਰ ਦੱਸ ਦਿਓ ਜੀ। 9150-82-415 ਜੀ। ਠੀਕ ਹੈ, 1 ਹੀ ਨੰਬਰ ਹੈ? ਹਾਂਜੀ, 1 ਹੀ। ਠੀਕ ਹੈ, ਤੇ 3 ਵੈੜਾਂ? 3 ਵੈੜਾਂ। ਹਾਂਜੀ। ਤੇ ਮਾਲ ਆਉਂਦਾ ਜਾਂਦਾ ਹੀ ਰਹਿੰਦਾ ਵਾ? ਹਾਂਜੀ ਹਾਂਜੀ। ਲਿਆਉਂਦੇ ਵੈੜਾਂ ਹੀ ਆ ਕਿ ਮੱਝਾਂ ਵੀ ਲੈ ਆਉਂਦੇ ਜੀ? ਨਹੀਂ, ਮੱਝ ਵੀ ਕੋਈ ਮਨ ਨੂੰ ਲੱਗ ਜਾਏ ਤੇ ਮੱਝ ਵੀ ਖਰੀਦ ਲਈ ਦੀ ਆ। ਬਾਕੀ ਆਹ ਏਰੀਏ ਦੇ ਵਿੱਚ ਕਿਸੇ ਨੇ ਵੇਚਣਾ ਵੀ ਹੋਵੇ ਤਾਂ ਵੀ ਫੋਨ ਕਰੇ ਵੀਰ ਨੂੰ, ਹਨਾ? ਠੀਕ ਹੈ ਠੀਕ ਹੈ। ਹਾਂਜੀ ਹਾਂਜੀ। ਤੇ ਅੱਜ 1 ਤਾਜ਼ੀ ਸੂਈ? 1 ਤਾਜ਼ੀ ਸੂਈ ਹੈ। 3 ਕੁ ਦਿਨ ਹੋ ਗਏ ਇਹਨੂੰ ਸੂਈ ਨੂੰ। ਠੀਕ ਆ। ਤੇ ਇਹਦੇ ਥੱਲੇ ਕੋਈ 16 ਲੀਟਰ 15 ਲੀਟਰ ਮੰਨ ਕੇ ਵੀਰ ਆ। ਠੀਕ ਆ, ਆਪਦੀ ਤਸੱਲੀ ਕਰ ਸਕਦਾ। 2 ਤੋਕੜਾ ਵਾ ਹੈ? 2 ਤੋਕੜਾ। ਹਾਂ, ਤੇ ਪਹਿਲਾਂ ਆਪਾਂ ਇਧਰੋਂ ਕਰੀਏ, ਤੋਕੜ ਤੋਂ ਸ਼ੁਰੂਆਤ ਕਰੀਏ। ਜਦੋਂ ਜੀ ਕਰਦਾ ਉਧਰੋਂ ਕਰ ਲਓ। ਇਹ ਦੁੱਧ ਕਿੰਨਾ ਇਹਦੇ ਕੋਲ ਜੀ? ਇਹਦੇ ਥੱਲੇ ਕੋਈ 9-10 ਲੀਟਰ ਹੋਊਗਾ। 9 ਲੀਟਰ ਹੀ ਮੰਨ ਲਏ ਕੋਈ ਵੀਰ। 9 ਲੀਟਰ ਮੰਨ ਲਏ, ਹਨਾ? ਠੀਕ ਆ। ਹਾਂਜੀ, ਤੇ ਸੂਈ ਕਿੰਨੇ ਚਿਰ ਦੀ ਆਈਡੀਆ ਹੈਗਾ ਕੋਈ? ਸੂਈ ਘਰ ਵਾਲਿਆਂ ਦੇ ਕਹਿਣ ਦੇ ਮੁਤਾਬਕ ਆਪਾਂ ਲੈ ਕੇ ਆਂਦੀ ਆ। ਕਹਿੰਦੇ ਵੀ 4 ਕੁ ਮਹੀਨੇ ਦਾ ਸਮਾਂ ਹੋ ਗਿਆ ਤੇ ਮਹੀਨਾ ਹੋ ਗਿਆ ਇਹਨੂੰ ਬਣੀ ਨੂੰ, ਬਣੀ ਨੂੰ ਮਹੀਨਾ। ਬਾਕੀ ਆਪਾਂ ਇਦਾਂ ਹੀ ਕਰਕੇ ਦੇਣੀ ਕਿਸੇ ਦੀ ਵੀਰ ਦੀ ਕਿਸਮਤ ਆ ਕੋਈ। ਆਪਾਂ ਲੈਣਾ ਉਹਨਾਂ ਦੇ ਕਹਿਣ ਦੇ ਮੁਤਾਬਕ ਹੀ ਆ ਵੀ ਮਹੀਨਾ ਹੋਇਆ ਬਣੀ ਨੂੰ। ਆਪਾਂ ਦੁੱਧ ਦਾ ਮੁੱਲ ਲੈਣਾ, ਦੁੱਧ ਦਾ ਮੁੱਲ ਲੈਣਾ। ਵੀ ਜਿੰਨਾ ਕੁ ਦੁੱਧ ਆ ਉਨਾ ਕੁ ਮੁੱਲ ਲੈਣਾ। ਹਾਂਜੀ ਹਾਂਜੀ, ਉਤਨਾ ਸੀਲ ਸਾਊਗਾ, ਠੰਡੀ ਸੀਲ। ਹਾਂਜੀ, ਰੱਸੀ ਤੋਂ ਬਿਨਾ ਚਵਾਈ ਉਹ ਆਪਦੀ ਮਰਜ਼ੀ, ਭਾਵੇਂ ਪਾਓ ਭਾਵੇਂ ਨਾ ਪਾਓ, 9 ਕਿਲੋ ਦੁੱਧ ਤਿਆਰ ਮਿਲੂਗਾ। 9 ਕਿਲੋ ਦੁੱਧ। ਹਾਂਜੀ, ਤੋਰੀਏ ਵੀਰ ਜੀ ਨੂੰ ਖੋਲ ਕੇ ਜੀ। ਹਾਂਜੀ ਹਾਂਜੀ, ਜਾਣ ਦੋ ਭਾਜੀ। ਆ ਵੇਖੋ ਜੀ, ਕੱਦ ਕਾਠ ਪੂਰਾ ਚੰਗਾ ਸੋਹਣਾ ਸੁਨੱਖਾ ਵਾ। ਇਸ ਟਾਈਮ ਤੇ 9 ਕਿਲੋ ਦੁੱਧ ਜਿਹੜਾ ਇਹਦੇ ਕੋਲ ਤਿਆਰ ਆ ਜੀ। ਆ ਵੇਖੋ ਜੀ, ਜਿੰਨਾ ਵਪਾਰੀ ਭਰਾ ਇਹਨਾਂ ਨੂੰ ਖਵਾ ਪਿਆ ਦਿੰਦੇ ਆ, ਸਾਂਭ ਦਾ ਮੁੱਲ ਦੇ ਦਿਆ ਕਰੋ ਜੀ ਪੂਰਾ। ਇਹ ਆ ਕਿ ਬਹੁਤ ਹੀ ਸੰਭਾਲਣੀ ਪੈਂਦੀ ਜਦੋਂ ਲਿਆਉਂਦੇ, ਹਨਾ ਵੀਰ? ਹਾਂਜੀ। ਬਾਕੀ ਕੈਮ ਦੇਖੋ, ਪੂਰੀ ਭੱਜਦੀ ਆ, ਦੌੜਾਂ ਲਾਉਂਦੀ ਪੂਰੀਆਂ। ਆ ਵੇਖੋ, ਕਰੋ ਚੈੱਕ। ਬਾਕੀ ਥਣ ਬੜਾ ਸੋਹਣਾ, ਮੁੱਠੀ ਦੀ ਚੋਆਲ ਆ ਥਣ ਲੱਗਾ ਜੀ। ਆ ਦੇਖੋ, ਕਰੋ ਚੈੱਕ ਜੀ, ਚੰਗਾ ਸੋਹਣਾ, ਹਵਾਨਾ ਵੀ ਸੋਹਣਾ ਵਾ ਜੀ, ਫਿਕਸ ਆਰਡਰ ਵਾਲੀ ਆ। ਠੀਕ ਆ, ਸੀਲ ਸਾਊ ਪੂਰੀ ਆ, ਰੱਸੀ ਤੋਂ ਬਿਨਾ ਚਵਾਈ ਹੁੰਦੀ ਆ। ਹਾਂਜੀ, ਉਹ ਆਪਦੀ ਮਰਜ਼ੀ, ਭਾਵੇਂ ਪਾਉਣੀ ਕੋਈ ਪਾ ਵੀ ਸਕਦਾ ਵੀਰ। ਠੀਕ ਆ। ਹਾਂਜੀ, ਸਹੀ ਆ। ਤੇ ਸੱਜਰ ਨੇ ਦੁੱਧ ਕਿੰਨਾ ਕੁ ਚਵਾਇਆ ਇਹਨੇ?
ਸੱਜਰ ਉਹਨਾਂ ਦੇ ਕਹਿਣ ਦੇ ਮੁਤਾਬਕ ਤੇ 18-20 ਲੀਟਰ ਵੀ ਦਿੰਦੀ ਰਹੀ ਆ ਹੁਣ, ਬਾਕੀ ਹਾਂਜੀ ਵਾਹਿਗੁਰੂ ਜਾਣੇ ਕੀ। ਬਾਕੀ ਹੁਣ ਹਾਂ, 4 ਆਪਾਂ ਮਹੀਨੇ ਹੁਣ ਦੇ ਮੌਕੇ ਦੀ ਗੱਲ ਮੰਨ ਕੇ ਚੱਲੋ ਕਿ 18 ਲੀਟਰ ਚ ਆਇਆ ਹੋਊਗਾ, 4 ਮਹੀਨੇ ਸੂਈ 4 ਨੂੰ ਮਹੀਨੇ ਸੂਈ ਦੱਸਦੇ ਨੂੰ ਹੋ ਆ ਗਏ। ਹਾਂ 9 ਕਿਲੋ ਹੋ ਵੀ ਹੋਣੀ ਸਕਦਾ ਹੈਗਾ, ਵਾ 82 ਨੂੰ ਕਹਿੰਦਾ ਵੀ ਕੀ ਆ ਵੈਸੇ, ਹੋ ਸਕਦਾ ਚਵਾਇਆ ਵੀ ਹੋਵੇ, ਹਾਂਜੀ ਹਨਾ। ਹਾਂਜੀ ਆਪਾਂ ਤੇ ਅੱਜ ਦਾ ਦੱਸ ਸਕਦੇ ਹੁਣ ਵੀ ਅੱਜ ਇੰਨਾ ਇਹਦੇ ਥੱਲੇ ਆ, ਗਾਂ ਕੋਈ ਚੰਗੀ ਸਾਹਮਣੇ ਤੇ ਵੱਧ ਵੀ ਚਵਾ ਸਕਦੀ ਆ। ਹਾਂਜੀ ਜਿਸ ਤਰ੍ਹਾਂ ਮੌਸਮ ਵਧੀਆ ਹੋਣ ਡਿਆ ਵਾ ਕੋਈ ਜੀ ਵੱਧ ਵੀ ਜੀ ਚੋ ਸਕਦਾ। ਠੀਕ ਆ ਹਾਂਜੀ, ਤੇ ਮੁੱਲ ਕਿੰਨਾ ਕਰਨਾ ਜੀ ਇਹਦਾ? ਮੁੱਲ ਇਹਦਾ 22,000 ਰੁਪਈਆ ਵਾ। ਹਾਂਜੀ 20,000 ਦੀ ਦੇ ਦਾਂਗੇ ਆਪਾਂ, ਛੋੜ ਕਰ ਦੋਗੇ ਮੌਕੇ ਤੇ? ਕੋਈ ਨਹੀਂ, ਛੋੜ ਛੱਪਾ ਮੌਕੇ ਤੇ ਕਰ ਖੁੱਲਾ ਦਾਂਗੇ, ਕਰ ਦੋਗੇ ਹਿਸਾਬ ਨਾਲ ਹੀ? ਕੋਈ ਨਹੀਂ ਕਰ ਦਾਂਗੇ। ਪਹਿਲੀ ਵੀਡੀਓ ਆ ਕਿ ਗਾਹਕ ਨੂੰ ਮੋੜਿਓ ਨਾ। ਹਾਂਜੀ ਹਾਂਜੀ ਕੋਈ ਗੱਲ ਨਹੀਂ, ਇਹ ਆ ਕਿ ਕੋਈ ਵੀਰ ਫੋਨ ਲਾਵੇ ਕੋਈ ਗੱਲ ਨਹੀਂ, ਜਿੰਨੀ ਵੀ ਜਾਇਜ਼ ਹੋਗੀ ਨਾ ਹਾਂਜੀ ਕਰ ਦਾਂਗੇ ਕੋਈ ਗੱਲ ਨਹੀਂ। ਠੀਕ ਆ, ਫੋਨ ਕਰੇ ਜ਼ਰੂਰ। ਹਾਂਜੀ ਹਾਂਜੀ, ਆ ਦੂਜੇ ਨੰਬਰ ਵਾਲੀ ਜਿਹੜੀ ਬੜੀ ਸੋਹਣੀ ਲੱਗਣ ਦੀ ਇਹ ਵੀ। ਹਾਂਜੀ ਹਾਂਜੀ, ਇਹਦੇ ਕੋਲ ਇਹਦੇ ਕੋਲ ਵੀ ਕੋਈ 10-11 ਲੀਟਰ ਦੁੱਧ ਮੌਕੇ ਤੇ ਹਾਜ਼ਰ ਆ, 10 ਤੋਂ 11 ਕਿਲੋ। ਹਾਂਜੀ ਹਾਂਜੀ ਠੀਕ ਸੀ ਸਾਊ ਆ, ਕੋਈ ਚੱਕਰ ਨਹੀਂ ਹੈਗਾ ਕਿਸੇ ਆ। ਤੇ ਬਾਕੀ ਥਣਾ ਦੀ ਵੀਰ ਜੀ ਬਾਤ ਘਾਟ ਨਹੀਂ ਹੈਗੀ? ਮੈਂ ਨਾ ਥਾਣ ਕੋਈ ਗੱਲ ਮਤਲਬ ਕੋਈ ਭੂਰ ਛੱਟਾ ਨਹੀਂ ਨਿਕਲੂਗਾ, ਕੋਈ ਥਾਣ ਨਹੀਂ ਘੱਟ ਵੱਧ ਨਿਕਲੂਗਾ ਸਾਰੇ ਪਸ਼ੂਆਂ ਦਾ ਹੀ। ਠੀਕ ਆ, ਇਹ ਗੱਲ ਦੀ ਆਪਣੀ ਫੁੱਲ ਗਰੰਟੀ ਹੋਊਗੀ। ਠੀਕ ਆ। ਹਾਂ ਬਾਕੀ ਮੇਰੇ ਵੀਰਾਂ ਨੂੰ ਇਹੋ ਬੇਨਤੀ ਆ ਵੀ ਜਦੋਂ ਆਪਾਂ ਪੈਸੇ ਖਰਚਣੇ ਇੱਕ ਆਪ ਆ ਕੇ ਤਸੱਲੀ ਕਰ ਲਓ, ਉਹਦੇ ਨਾਲ ਦੀ ਰੀਸ ਨਹੀਂ ਹੁੰਦੀ। ਬਿਲਕੁਲ ਬਿਲਕੁਲ। ਹਾਂ ਉਹ ਬਾਕੀ ਵੀਰਾਂ ਕੋਲ ਟਾਈਮ ਵੀ ਥੋੜਾ ਘੱਟ ਹੁੰਦਾ, ਸਾਰਿਆਂ ਕੋਲ ਸਮਾਂ ਬਰਾਬਰ ਦਾ ਹੀ। ਹਾਂਜੀ ਹਾਂਜੀ, ਚਲੋ ਜੇ ਕੋਈ ਆ ਸਕੇ ਤਾਂ ਬਹੁਤਾ ਵਧੀਆ, ਨਹੀਂ ਤੇ ਆਪਾਂ ਆਨਲਾਈਨ ਵੀਡੀਓ ਕਾਲ ਤੇ ਵਿੱਚ ਵਾਈ ਕਰਾ ਕੇ ਲੀਟਰ ਮਾਰ ਦਾਂਗੇ ਜੀ। ਜੀ ਜੀ ਜੀ, ਹਾਂ ਤਸੱਲੀ ਕਰ ਸਕਦਾ ਵੀ ਕੋਈ ਵੀ। ਤੇ ਕਿੰਨਾ ਹੁਣ ਇਹਦੇ ਕੋਲ ਦੁੱਧ? ਇਹਦੇ ਕੋਲ ਕੋਈ ਹੋਊਗਾ 11-10 ਹੀ ਮੰਨੇ ਕੋਈ ਵੀਰ। ਥਾਣ ਬੜਾ ਸੋਹਣਾ ਲੱਗਿਆ। ਹਾਂਜੀ ਹਾਂਜੀ, ਕੁਆਲਿਟੀ ਚੰਗੀ ਆ, ਬਾਕੀ ਕੋਈ ਭੂਰ ਨਹੀਂ, ਕੋਈ ਛੱਟਾ ਨਹੀਂ ਕਿਸੇ ਗੱਲ ਦੀ। 10 ਕਿਲੋ ਤਿਆਰ ਆ। ਤੇ ਸੂਈ ਨੂੰ ਇਹਨੂੰ ਕਿੰਨਾ ਕੁ ਚਿਰ ਹੋ ਗਿਆ ਜੀ? ਸੂਈ ਨੂੰ ਇਹ ਵੀ ਕੋਈ ਇੰਨੇ ਕੁ ਟਾਈਮ ਹੀ ਹੋਇਆ, 4-5 ਮਹੀਨੇ ਦੇ ਆਪਾਂ ਮੰਨ ਲਈਏ। ਹਾਂਜੀ, ਟੀਕਾ ਲੱਗਾ ਕੋਈ ਹੈ ਇਹਦੇ ਬਾਰੇ ਨਹੀਂ ਆਪਾਂ ਨੂੰ ਪਤਾ, ਨਾ ਉਹਨਾਂ ਦੱਸਿਆ ਜੀ ਘਰ ਆਇਆ। ਹਾਂਜੀ ਠੀਕ ਆ ਜੀ। ਹਾਂਜੀ ਹਾਂਜੀ, ਤੋਰੀ ਹੈ ਵੀ ਇਹਨੂੰ, ਆ ਵੇਖੋ ਜੀ ਰੰਗ ਬਾਜ ਪੂਰੀ ਆ, ਵੈੜ ਚੈੱਕ ਕਰੋ ਕੈਮ ਆ ਜੀ ਪੂਰੀ ਐ ਸੋਹਣੀ ਆ। ਬਾਕੀ ਇਹ ਜਿਹੜੀਆਂ ਵੈੜਾਂ ਵਾ ਇਹਨਾਂ ਦੀ ਫੈਂਡ ਵੀ ਚੰਗੀ ਆਉਂਦੀ, ਦੁੱਧ ਕ੍ਰੋਸ ਪੰਜ ਹੁੰਦਾ ਵਾ। ਹਾਂਜੀ ਸੋਹਣੀ ਆ ਪੂਰੀ, ਆ ਵੇਖੋ ਕਰੋ ਚੈੱਕ। ਬਾਕੀ ਕੱਦ ਕਾਠ ਚੰਗਾ, ਬੇਲ ਬੜੀ ਲੰਮੀ ਆ ਜੀ ਇਹਦੀ, ਲੈ ਜਾਓ। ਖਾਣ ਬੜੇ ਸੋਹਣੇ ਲੱਗੇ ਆ ਜੀ, ਬਾਕੀ ਜਿਹੜਾ ਵੀਰ ਭਰਾ ਵੀਡੀਓ ਵੇਖਦਾ ਕਿਸੇ ਨੇ ਵੇਚਣਾ ਵੀ ਉਹ ਵੀ ਫੋਨ ਕਰੇ ਵੀਰ ਨੂੰ, ਤੇ ਵੀਰ ਖਰੀਦੂਗਾ ਵੀ। ਆ ਜਾਓ, ਫੇਸ ਕੁਆਲਿਟੀ ਵਿਖਾ ਦਿਓ ਇੱਕ ਵਾਰ। ਹਾਂਜੀ ਹਾਂਜੀ ਸੋਹਣੀ ਆ ਜੀ, ਜਾਣ ਦਿਓ। ਕਰੋ ਚੈੱਕ, ਬਾਕੀ ਹਵਾਨਾ ਬੜਾ ਸੋਹਣਾ ਇਹਦਾ। ਵੀਰ ਜੀ ਇਹਨੇ ਸੱਜਰ ਨੇ ਕਿੰਨਾ ਕੁ ਦੁੱਧ ਚਵਾਇਆ ਵਾ? ਸੱਜਰ ਘਰ ਵਾਲਿਆਂ ਦੇ ਮੁਤਾਬਕ ਤੇ 18-20 ਲੀਟਰ ਤੇ ਚੱਲਦੀ ਰਹੀ ਹੈ ਵੀ, ਬਾਕੀ ਹੁਣ ਆਪਾਂ ਨੂੰ ਹੋ ਸਕਦਾ ਚੱਲੀ ਵੀ ਹੋਵੇ। ਆਈਡੀਆ ਜਿਹੜੇ ਸਨ ਤੋਕਰ 10 ਕਿਲੋ ਦੇਣ ਦੀ ਆ, 10 ਕਿਲੋ ਆਰਾਮ ਨਾਲ ਮੰਨ ਸਕਦੇ ਆ ਆਪਾਂ, ਮੰਨ ਸਕਦੇ ਆ। ਬਾਕੀ ਇਹੋ ਜਿਹੀਆਂ ਵੈੜਾਂ ਨੂੰ ਕਹਿੰਦਾ ਵੀ ਕੀ ਆ, ਪੂਰਾ ਕੱਦ ਕਾਠ ਵਾਲੀ, ਕੋਈ ਇਹ ਨਹੀਂ ਵੀ ਛੋਟੀ ਆ। ਬਾਕੀ ਇੱਕ ਚੀਜ਼ ਆ ਵੀ ਵੈੜਾਂ ਨੂੰ ਜਿੰਨਾ ਕੋਈ ਪਾਈ ਜਾਂਦਾ ਉਹਨਾਂ ਤੋਂ ਉਹਨਾਂ ਹੀ ਚੋ ਸਕਦਾ। ਹਾਂਜੀ ਹਾਂਜੀ ਠੀਕ ਆ। ਤੇ ਇਹਦਾ ਮੁੱਲ ਕਿੰਨਾ ਕਰ ਦੇਣਾ ਜੀ ਆਪਾਂ? ਮੁੱਲ ਇਹਦਾ ਕਰਨ ਨੂੰ ਭਾਵੇਂ 25,000 ਕਰੀ ਜਾਈਏ। ਹਾਂਜੀ ਦੇ ਦਾਂਗੇ 22,000 ਦੀ। 22,000 ਦੀ ਮਾਣ ਤਾਣ ਕਰ ਦੋ, 22 ਚੋਂ ਕੋਈ ਨਹੀਂ ਛੋਟ ਛੱਪਾ ਕਰ ਦਾਂਗੇ। ਠੀਕ ਆ ਹਾਂਜੀ, ਬਾਕੀ ਫੋਨ ਲਾਵੇ ਜਿਹੜੇ ਵੀਰ ਨੂੰ ਪਸੰਦ ਹੋਵੇ, ਰੱਸੀ ਤੋਂ ਬਿਨਾਂ ਚਵਾਈ ਹੁੰਦੀ ਇਹਦੀ? ਹਾਂ ਇਹ ਆਪਦੀ ਮਰਜ਼ੀ ਆ, ਉਸ ਤਰ੍ਹਾਂ ਪਾਉਣੀ ਪਾ ਵੀ ਸਕਦਾ ਕੋਈ, ਕਈ ਆਖ ਦਿੰਦੇ ਵੀਰ ਵੀ ਅਸੀਂ ਪਾ ਕੇ ਚੋਣੀ ਆ। ਹਾਂਜੀ ਕਈ ਵੀਰ ਫੋਨ ਕਰਦੇ ਆ ਕਿ ਨਹੀਂ ਰੱਸੀ ਪਾਉਂਦੀ ਹੋਵੇ ਸਾਨੂੰ ਚਾਹੀਦੀ ਉਹ ਆ। ਠੀਕ ਆ, ਤੇ ਬਾਕੀ ਇਹ ਮਰਜ਼ੀ ਆਪਦੀ, ਪਵਾ ਵੀ ਸਕਦੀ ਹੈ ਜੇ ਨਹੀਂ ਵੀ ਪਾਉਣੀ ਤਾਂ ਵੀ ਕੋਈ ਗੱਲ ਨਹੀਂ। ਠੀਕ ਆ, ਬਾਕੀ ਮੱਖੀ ਮੱਛਰ ਆ ਪਾ ਹੀ ਲਵੇ, ਹਾਂਜੀ ਹਾਂਜੀ ਗਰਮੀਆਂ ਦਾ ਟਾਈਮ, ਵੈਸੇ ਮੈਂ ਪਾ ਕੇ ਚੁਣਦਾ। ਠੀਕ ਆ ਠੀਕ ਆ ਹਾਂਜੀ ਸਹੀ ਆ।
ਤੇ ਅਗਲੀ ਜਿਹੜੀ ਸੂਈ ਆ ਤਾਜ਼ੀ ਹਨਾ। ਹਾਂਜੀ ਹਾਂਜੀ ਤਾਜ਼ੀ ਸੂਈ ਆ। ਆਹ ਬੱਚਾ ਇਹਦਾ? ਹਾਂਜੀ ਇਹ ਬੱਚਾ ਵਾ, ਵੱਛਾ ਮਗਰਾ। ਹਾਂਜੀ ਅੱਜ 3-4 ਦਿਨ ਦਾ ਸਮਾਂ ਹੋ ਗਿਆ ਇਹਨੂੰ ਸੂਈ ਨੂੰ। ਅੱਛਾ 4 ਦਿਨ ਹੋ ਗਏ ਇਹਨੂੰ। ਹਾਂਜੀ ਇਹ ਵੀ ਕ੍ਰੋਸ ਅੰਗ ਚ ਸ਼ਾਹੀਵਾਲ ਦਾ ਪੱਖ ਰੱਖਦੀ ਕੋਹਾ। ਠੀਕ ਠੀਕ ਆ। ਹਾਂਜੀ ਤੇ ਸੂਆ ਕਿਨਵਾਊਗਾ ਜੀ? ਸੂਆ ਘਰ ਵਾਲੇ ਤੇ ਦੂਜਾ ਕਹਿੰਦੇ, ਮੈਂ ਤੀਜਾ ਮੰਨ ਕੇ ਲੈ ਕੇ ਆਇਆ ਵੇ। ਠੀਕ ਆ। ਹਾਂਜੀ ਉਸ ਤਰ੍ਹਾਂ ਵੀ ਸੀਲ ਠੰਡੀ ਆ, ਠੀਕ ਆ, ਕੋਈ ਨੀ ਚੱਕਰ ਹੈਗਾ। ਤੇ ਜਿਹੜਾ ਮੌਕੇ ਤੇ ਹਾਜ਼ਰ ਹੈ ਇਹਦੇ ਕੋਲ, ਹਾਂਜੀ, ਤੇ 16 ਲੀਟਰ ਦਾ ਹਾਜ਼ਰ ਹੈ ਮੌਕੇ ਤੇ, 16 ਲੀਟਰ 4 ਦਿਨ ਦੀ ਸੂਈ ਦੇ, 4 ਦਿਨ ਦੇ। ਹਾਂ ਘਰ ਵਾਲਿਆਂ ਨੇ 22 ਲੀਟਰ ਦੀ ਗਾਰੰਟੀ ਦਿੱਤੀ ਆ, ਉਸ ਹਿਸਾਬ ਨਾਲ ਬਾਈ ਕਰਨਾ ਵੀ ਚਾਹੀਦਾ ਬੜੇ ਆਰਾਮ ਨਾਲ। ਜੀ 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 ਹਾਂ ਠੀਕ ਆ, ਸਹੀ ਆ। ਤੋਰੀ ਇਹਨੂੰ ਵੀ? ਹਾਂਜੀ ਹਾਂਜੀ ਤੋਰ ਦੋ, ਕਰੋ ਚੈੱਕ ਜੀ। 4 ਦਿਨ ਦਾ ਸੂਆ ਤੇ ਇਸ ਟਾਈਮ ਤੇ 16 ਲੀਟਰ ਦੁੱਧ ਜਿਹੜਾ ਇਹਦੇ ਕੋਲ ਤਿਆਰ ਆ ਜੀ। ਸਾਹੀਵਾਲ ਵੈੜ ਆ ਚੰਗੀ ਸੋਹਣੀ, ਜਿਨ੍ਹਾਂ ਵੀਰਾਂ ਨੇ ਸਾਹੀਵਾਲ ਵੈੜਾਂ ਰੱਖੀਆਂ ਉਹਨਾਂ ਨੂੰ ਪਤਾ ਕਿ ਕਿੰਨਾ ਦੁੱਧ ਚਮਾਉਂਦੀਆਂ ਤੇ ਫੈਂਟ ਕਿੰਨੀ ਆਉਂਦੀ ਹੈ ਇਹਨਾਂ ਦੀ। ਆਹ ਵੇਖੋ ਸੋਹਣੀ ਸੁਨੱਖੀ ਇਹ ਵੀ ਪੂਰੀ ਹੈ ਜੀ, ਕਰੋ ਚੈੱਕ। ਖਾਣ ਬੜਾ ਸੋਹਣਾ ਲੱਗਾ ਜੀ ਇਹਦਾ। ਹਟ ਜਾ। ਆਹ ਵੇਖੋ ਜੀ ਬਾਕੀ ਬਹੁਤ ਹੀ ਸੋਹਣੀ ਆ, ਹਵਾਨਾ ਬੜਾ ਸੋਹਣਾ ਤਿਆਰ ਕੀਤਾ, ਖਾਣ ਬੜੇ ਸੋਹਣੇ ਲੱਗੇ ਜੀ, ਕਰੋ ਚੈੱਕ। ਆਹ ਬੱਚਾ ਜੀ ਇਹਦਾ ਵੇਖ ਲਓ, ਵੱਛਾ ਮਗਰ 16 ਕਿਲੋ ਦੁੱਧ ਇਸ ਟਾਈਮ ਤੇ ਤਿਆਰ ਆ। 16 ਲੀਟਰ ਕੋਈ ਵੀ ਰਾਤ ਦੀ 2 ਟਾਈਮ 3 ਟਾਈਮ ਤਸੱਲੀ ਕਰ ਸਕਦਾ ਵਾ। ਹਾਂਜੀ ਬਾਕੀ ਘਰਦਿਆਂ ਕਾਰਨ ਕਹਿਣ ਦੇ ਮੁਤਾਬਕ 22 ਲੀਟਰ ਹੀ ਦਿੰਦੀ ਰਹੀ ਪਿਛਲੇ ਸੂਏ। ਅੱਛਾ 22 ਲੀਟਰ। ਹਾਂ ਤੇ ਬਾਕੀ ਦੇਣਾ ਵੀ ਚਾਹੀਦਾ ਵਾ ਜਿੱਡੇ ਕੱਦ ਕਾਠ ਆ। ਹਾਂਜੀ ਤੇ ਜਿਹੜੇ ਹਿਸਾਬ ਨਾਲ ਸਟਾਰਟਿੰਗ ਕੀਤੀ ਇਹਨੇ ਬੋਲੇ ਤੋਂ, ਜੀ ਜੀ ਉਸ ਹਿਸਾਬ ਨਾਲ ਬੜੇ ਆਰਾਮ ਨਾਲ ਕਰ ਜੂਗੀ। ਠੀਕ ਆ ਜੀ। ਤੇ ਬਾਕੀ ਇਹਨਾਂ ਦਾ 20 ਲੀਟਰ ਵੀ ਮੰਨ ਲਓ 20 ਵੀ ਦਵੇ। ਹਾਂਜੀ ਤੇ ਦੂਜੀਆਂ ਦੇ 25 ਦਾ ਮੁਕਾਬਲਾ ਕਰਨਾ ਇਹਨੇ। ਹਾਂਜੀ 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 ਤੇ ਕ੍ਰੋਸ ਪੰਚ ਆ ਚੰਗੀ ਫੈਂਟ ਵਾਲਾ ਦੁੱਧੇ ਦਾ। ਥਣਾ ਥੁਣਾ ਦਾ ਭਾਜੀ ਕਿੱਦਾਂ ਬਾਤ? ਮੈਂ ਨਾ ਓਕੇ ਰਿਪੋਰਟ ਆ, ਕੋਈ ਭੂਰ ਛੱਟਾ ਨਹੀਂ, ਆਪਾਂ ਧਾਰਾਂ ਵੀ 2 ਮਾਰ ਕੇ ਵਿਖਾ ਦਈਏ, ਨਹੀਂ ਤੇ ਕੋਈ ਨਹੀਂ ਮਾਰ ਦਿਓ ਜੀ ਮਾਰ ਦਿਓ ਬੱਚਾ ਲਾ ਕੇ ਮੜਾ ਜਾ ਮਾਰ ਦਿੰਦੇ ਧਾਰਾਂ। ਠੀਕ ਤੇ ਚਵਾਈ ਇਹਦੀ ਰੱਸੀ ਪਾ ਕਰਦੇ ਕਿੱਦਾਂ ਜੀ? ਹਾਂ ਵੈਸੇ ਰੱਸੀ ਪਾ ਕੇ ਕਰਦਾ, ਗੱਲ ਕੋਈ ਨਹੀਂ ਵੈਸੇ ਇਹਨੂੰ ਵੀ ਗੱਲ ਕੋਈ ਵੀ ਨਹੀਂ। ਹਾਂਜੀ ਹਾਂਜੀ ਆਹ ਵੇਖੋ ਬੱਚਾ ਲਾਤਾ ਵਾ ਭਾਜੀ ਨੇ, ਧਾਰਾਂ ਮਾਰ ਕੇ ਤੁਹਾਨੂੰ ਦਿਖਾ ਦੇਣੀ ਆ ਇਦਾਂ ਹੀ। ਰੱਸੀ ਪਾਉਣੀ ਪਾ ਲਓ ਭਾਈ ਕਹਿੰਦਾ ਤੇ ਨਹੀਂ ਪਾਉਣੀ ਤੁਹਾਡੀ ਮਰਜ਼ੀ ਹੈ ਜੀ। ਇਹ ਟਾਈਮ ਤੇ 16 ਲੀਟਰ ਆ ਜੀ। ਬਾਕੀ ਟਾਈਮ ਨੋਟ ਕਰਾ ਦਿਓ ਵੀਡੀਓ ਦਾ, ਸ਼ਾਮ ਦੀ ਕਰਵਾ ਕੇ ਬਹਾਨੇ ਭਰ ਜਾਣਗੇ ਬਹੁ। ਆਪਾਂ ਵੀਡੀਓ ਚਾੜ ਦੇਣੀ ਹੁਣੇ ਜੀ। ਅੱਛਾ ਠੀਕ ਠੀਕ ਹਾਂਜੀ। ਪਾ ਲਈਏ ਰੱਸੀ ਫਿਰ? ਹਾਂਜੀ ਪਾ ਲਓ ਪਾ ਲਓ, ਮੈਂ ਪਾ ਕੇ ਚਾਹੁੰਦਾ ਨਾ ਉਤਾਂ, ਗੱਲ ਤੇ ਕੋਈ ਨਹੀਂ ਉਤਨਾ। ਫੇਸਬੁੱਕ ਤੇ ਵੀ ਪਾਉਂਦੇ ਆਪਾਂ ਨਾਲ ਹੀ? ਹਾਂਜੀ ਫੇਸਬੁੱਕ ਤੇ ਵੀ ਚੱਲਣੀ ਆ, ਨੰਬਰ ਸਕਰੀਨ ਦੇ ਉੱਪਰ ਦਿੱਤਾ ਹੁੰਦਾ। ਜਿਹੜੇ ਵੀਰ ਫੇਸਬੁੱਕ ਤੇ ਵੇਖਦੇ ਹੋ ਵੀ ਫੋਨ ਕਰਿਆ ਕਰੋ ਵੀਰ ਨੂੰ, ਕਈ ਯਾਰ ਮੈਨੂੰ ਫੋਨ ਕਰ ਦਿੰਦੇ ਆ, ਮੇਰਾ ਨੰਬਰ ਸਿੱਧਾ ਆ ਜਾਂਦਾ ਉੱਤੇ। ਹਾਂਜੀ ਇਹਦਾ ਨਾਲ ਦੀ ਨਾਲ ਮੁੱਲ ਦੱਸ ਦਈਏ ਆਪਾਂ, ਮੁੱਲ ਮੈਂ ਤਾਂ ਨਾ 60 ਕਰ ਲਈਏ ਦਾ ਨਾ। ਜਾਇਜ਼ ਜਾ ਕਰੋ ਭਾਜੀ ਮੁੱਲ, ਮੁੱਲ ਕਰਨ ਨੂੰ ਇਹਦਾ ਭਾਵੇਂ ਆਪਾਂ 55 ਕਰੀ ਜਾਈਏ। ਹਾਂਜੀ ਲੈ ਦੇ ਆਪਾਂ 52,000 ਦੀ ਦੇ ਦਾਂਗੇ। ਛੋੜ ਕਿੰਨੀ ਕਰੋਗੇ? ਕੋਈ ਨੀ ਮੌਕੇ ਤੇ ਮਾਣ ਤਾਣ ਥੋੜਾ ਬਹੁਤਾ ਕਰ, ਕੋਈ ਭੈਣ ਭਰਾ ਵੇ ਹਨਾ। ਹਾਂਜੀ ਹਾਂਜੀ ਆ ਵੇਖੋ ਜੀ ਥਾਣ ਚੈੱਕ ਕਰ ਲਓ ਜੀ, ਥਾਣ ਬੜੇ ਸੋਹਣੇ ਲੱਗੇ ਇਹਨੂੰ। ਵੀਰ ਜੀ ਬਾਤ ਕਾਟ ਨਹੀਂ ਆਈ ਕੋਈ ਥਾਣ? ਮੈਂ ਨਾ ਕੋਈ ਗੱਲ ਨਹੀਂ, ਅਗਲੇ ਨਾਲ ਅਗਲਾ ਬਰਾਬਰ ਹੋਊ, ਅਗਲੇ ਨਾਲ ਮਗਰਲਾ ਬਰਾਬਰ ਹੋਊਗੀ। ਠੀਕ ਆ। ਹਾਂ ਕੋਈ ਨੀ ਕਮੀ ਪੇਸ਼ੀ ਹੈਗੀ, ਚਵਾਈ ਚ 1 ਨੰਬਰ ਐ ਮੋਟੀ ਧਾਰ ਪੋਲੀ ਜਮਾ, ਕੋਈ ਨੀ ਚੱਕਰ ਹੈਗਾ। ਆ ਵੇਖੋ ਜੀ
ਬਾਕੀ ਟਾਈਮ ਵਿੱਚ 2-2.5 ਦਾ ਦੁਪਹਿਰ ਦਾ, ਹਾਂਜੀ ਹਾਂਜੀ ਬਾਕੀ ਸ਼ਾਮਾਂ ਤੱਕ ਐਂ ਪੂਰਾ ਬਣ ਜਾਂਦੀਆਂ ਵਾ। ਚਵਾ ਚੈੱਕ ਕਰ ਲਓ, ਇਹ ਚਵਾ ਹੀ ਚੈੱਕ ਕਰਾਉਣਾ ਵਾ। ਹਾਂਜੀ, ਚਵਾ ਸੋਹਣਾ ਲੱਗਾ ਬੈਡ ਨੂੰ, ਪਿਛਲਿਆਂ ਚੋਂ ਮਾਰ ਦਿਓ ਭਾਜੀ। ਠੀਕ ਆ, 52,000 ਚ ਛੋਟ ਕਰੋਗੇ? ਕੋਈ ਨੀ, 52,000 ਚ ਛੋਟ ਛੱਪਾ ਕਰ ਦਾਂਗੇ ਮੌਕੇ ਤੇ। ਠੀਕ ਆ, ਤੇ ਕਰਨੀ ਭਾਜੀ ਕੋਈ ਗੱਲਬਾਤ ਹੋਰ? ਬਾਕੀ ਹਾਂ ਨਹੀਂ ਕੋਈ ਗੱਲ, ਬਸ ਠੀਕ ਠਾਕ ਬਸ। ਹਾਂਜੀ, ਇਹੋ ਹੀ ਆ, ਮੇਰਾ ਵੀਰਾਂ ਨੂੰ ਇਹੋ ਹੀ ਬੇਨਤੀ ਆ ਵੀ ਆਪਦੀ ਤਸੱਲੀ ਕਰੋ, ਜਿੱਥੋਂ ਵੀ ਪਹੁ ਦੀ ਖਰੀਦਦਾਰੀ ਕਰਦੇ ਜੇ, ਇੱਕ ਟਾਈਮ ਦੋ ਟਾਈਮ, ਇੱਕ ਟਾਈਮ ਭਾਵੇਂ ਮੇਰੇ ਕੋਲ ਆ ਕੇ ਚੋਲੋ, ਇੱਕ ਟਾਈਮ ਵੀਡੀਓ ਕਾਲ ਤੇ ਚਵਾ ਲਓ ਜੀ, ਤੇ ਆਪਦੀ ਤਸੱਲੀ ਕਰਕੇ ਫਿਰ ਪੈਸੇ ਦੀ ਖਰੀਦਦਾਰੀ ਕਰਿਆ ਕਰੋ। ਬਿਲਕੁਲ ਬਿਲਕੁਲ ਜੀ, ਪੈਸੇ ਸੌਖੇ ਨਹੀਂ ਬਣਦੇ, ਬੜੇ ਔਖੇ ਇਹ ਬਣਦੇ, ਜ਼ਿੰਮੇਵਾਰੀ ਬਣਦੀ ਆ ਜੀ। ਹਾਂਜੀ ਹਾਂਜੀ, ਬਾਕੀ ਪਸ਼ੂ ਦਾ ਪਤਾ ਕੋਈ ਨਹੀਂ ਕਿਸੇ ਦੇ ਘਰੇ ਜਾ ਕੇ ਇਹਨੇ ਕੀ ਕਰਨਾ, ਮੈਂ ਤਾਂ ਕਰਕੇ ਵੀਰਾਂ ਨੂੰ ਇਹੋ ਬੇਨਤੀ ਕਰ ਦਿੰਦਾ ਵੀ ਇੱਥੇ ਤਸੱਲੀ ਕਰਕੇ ਲੈ ਜਾਓ, ਆਪਣੇ ਕਿਹੜੇ ਘਰ ਦੇ ਆਏ। ਹਾਂਜੀ ਹਾਂਜੀ, ਆਪਾਂ ਵੀ ਇਦਾਂ ਆਪਣੀ ਤਸੱਲੀ ਕਰਕੇ ਲਿਆਏ ਆ। ਜੀ 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 ਜੀ, ਤੇ ਬਾਕੀ ਇਹਦੇ ਮੌਕੇ ਤੇ ਹੁਣ ਹਿਸਾਬ ਨਾਲ 16 ਲੀਟਰ ਕੋਈ ਵੀ ਵੀਰ 2 ਟਾਈਮ 3 ਟਾਈਮ ਆਪਦੀ ਤਸੱਲੀ ਕਰ ਸਕਦਾ ਵਾ ਜੀ, ਤੇ 22 ਲੀਟਰ ਉਹਨਾਂ ਘਰ ਵਾਲਿਆਂ ਗਰੰਟੀ ਦਿੱਤੀ, ਚਲੋ 20 ਮੰਨ ਕੇ ਚਲੋ, 20 ਆਰਾਮ ਨਾਲ ਬੜੇ ਆਰਾਮ ਨਾਲ ਭਰ ਜੂਗੀ। ਹਾਂਜੀ 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 ਜੀ, ਠੀਕ ਆ ਜੀ, ਠੀਕ ਆ ਜੀ। ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਆ ਕੇ ਆਪਣੀ ਤਸੱਲੀ ਕਰਕੇ ਫੇਰ ਲੈ ਕੇ ਜਾਇਓ ਜੀ, ਧੰਨਵਾਦ।